ਅੱਜ ਸਾਰੇ ਭਰਾ ਇਕੱਠੇ ਖਲੋਤੇ ਖਾ ਸੀ ਵਧੀਆ ਜੀ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਅੱਜ ਅਤੇ ਪਰਿਵਾਰ ਨਾਲ ਆਏ ਹੋਏ ਹਾਂ ਅਤੇ ਦਰਸ਼ਨ ਕੀਤੇ ਆ ਹਰਿਮੰਦਰ ਸਾਹਿਬ ਦੇ ਅਤੇ ਬੜੀ ਖੁਸ਼ੀ ਹੋਈ ਹੈ। ਅੱਜ ਮਹਾਰਾਜ ਜਿਹੜੀ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਅਤੇ ਜਿਹੜਾ ਕਰੋਨਾ ਦਾ ਡਰ ਆਇਆ ਉਹ ਤੋਂ ਮਾਲਕ ਨਜਾਤ ਦਵਾਈ ਤਾਂ ਕਿ ਸੰਗਤ ਜਿਹੜੀ ਇਸ ਤਰ੍ਹਾਂ ਹੀ ਆਉਂਦੀ ਜਾਂਦੀ ਰਹੇ ਤਾਂ ਦਰਸ਼ਨ ਕਰਦੀ। ਪੂਰੇ ਪੰਜਾਬ 'ਚੋਂ ਹਿੰਦੁਸਤਾਨ 'ਚ ਵੀ ਆਉਂਦੀ ਹੈ ਜੀ, ਬਾਹਰੋਂ ਵੀ ਆਉਂਦੀ ਆ ਦੂਜਿਆਂ ਮੁਲਕਾਂ 'ਚ ਅਤੇ ਬੜੇ ਇਜਤਮਾਨ ਨਾਲ ਬਹੁਤ ਨਮਸਤਕ ਹੁੰਦੇ ਨੇ ਮਹਾਰਾਜ ਦੇ ਦਰ ਤੇ ਆਣ ਕੇ। ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਹਾਂ। ਹਾਂਜੀ, ਰੌਣਕ ਅੱਜ ਬਹੁਤ ਜ਼ਿਆਦਾ, ਵੈਸੇ ਪਿਛਲੀਆਂ ਕੁਛ ਉਹਨਾਂ ਤੋਂ ਥੋੜ੍ਹੀ ਘੱਟ ਲੱਗ ਰਹੀ ਹੈ ਅੱਜ, ਬਟ ਫਿਰ ਵੀ ਬਹੁਤ। ਬਸ ਸੱਚੇ ਪਾਤਸ਼ਾਹ ਸੁੱਖ ਵਰਤਾਨ ਸਾਰੇ ਜੱਗ 'ਚ, ਪਰਸਪਰ ਪ੍ਰੇਮ ਪਿਆਰ ਸਾਰਿਆਂ 'ਚ ਹੋਵੇ। ਅਸੀਂ ਗੁਰੂ ਮਹਾਰਾਜ ਦਾ ਗੁਰਪੁਰਬ ਮਨਾਉਣ ਆਏ ਹਾਂ ਜੀ ਇੱਥੇ ਹਰਿਮੰਦਰ ਸਾਹਿਬ, ਅਤੇ ਬੜੀ ਚੜ੍ਹਦੀ ਕਲਾ ਜੀ, ਮਹਾਰਾਜ ਦੀ ਕਿਰਪਾ ਆ ਜੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਆ ਜੀ। ਸੰਗਤਾਂ ਦੀਆਂ ਰੌਣਕਾਂ ਬਹੁਤ ਵਧੀਆ, ਬਹੁਤ ਹੁਮ ਹੁਮ ਆ ਕੇ ਆ ਰਹੀਆਂ ਜੀ ਸੰਗਤਾਂ, ਅਤੇ ਬੜੀਆਂ ਕਿਰਪਾ ਹੈ ਅੰਦਰ ਜੀ ਮਾਲਕ ਦੀ। ਹਾਂਜੀ ਜੀ, ਅੱਜ ਅਰਦਾਸ ਮਾਲਕ ਅੱਗੇ ਇਹੋ ਹੀ ਕੀਤੀ ਹੈ ਜੀ, ਮਾਲਕ ਆਪਣੇ ਚਰਨਾਂ 'ਚ ਰੱਖੇ, ਸਿੱਖੀ ਸਰੂਪ ਵਿੱਚ ਰੱਖੇ, ਅਤੇ ਹੋਰਾਂ 'ਤੇ ਵੀ ਇਹ ਕਿਰਪਾ ਕਰੇ ਜੀ। ਜੋ ਪਤਤ ਪੁਣਾ ਚੱਲ ਰਿਹਾ ਆ ਮਹਾਰਾਜ ਉਹਨਾਂ ਨੂੰ ਵਾਪਸ ਕਰਕੇ ਲਿਆਵੇ, ਇਹ ਆਪ ਹੀ ਮਹਾਰਾਜ ਕਰਨ ਕਰਾਉਣ ਵਾਲੇ ਨੇ ਜੀ।